ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਪੈਂਦੀ ਚੌਂਕੀ ਰਾਮਗੜ੍ਹ ਦੀ ਪੁਲਿਸ ਨੇ ਮਾਈਨਿੰਗ ਅਫਸਰਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਧਨਾਨਸੂ ਨੇੜੇ ਇੱਕ ਖੇਤ ਵਿੱਚੋਂ ਮਿੱਟੀ ਚੁੱਕਣ ਦੀ ਜਾਲੀ ਪਰਮਿਸ਼ਨ ਦੀ ਆੜ ਵਿੱਚ ਰੇਤ ਚੋਰੀ ਕਰਦਿਆਂ ਦੋ ਆਰੋਪੀਆਂ ਨੂੰ ਜੇਸੀਬੀ ਮਸ਼ੀਨ ਨਾਲ ਟਰਾਲੀ ਵਿੱਚ ਰੇਤ ਭਰਦਿਆਂ ਮੌਕੇ ਤੋਂ ਕਾਬੂ ਕਰ ਲਿਆ। ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਐਸਡੀਓ ਕੇਵਲ ਸਿੰਘ ਅਤੇ ਇੰਸਪੈਕਟਰ ਮੁਨੀਸ਼ ਬੱਤਾ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਕਤ ਜਗ੍ਹਾ ਤੇ ਜਾਲੀ ਪਰਮਿਸ਼ਨ ਦੀ ਆੜ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੌਕੇ ਤੇ ਰੇਡ ਕਰਕੇ ਆਰੋਪੀਆਂ ਨੂੰ ਜੇਸੀਬੀ ਮਸ਼ੀਨ ਅਤੇ ਰੇਤ ਦੀ ਭਰੀ ਹੋਈ ਟਰਾਲੀ ਸਮੇਤ ਕਾਬੂ ਕਰਕੇ ਮਾਈਨਿੰਗ ਅਫਸਰਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਿਤੀ 17-18 ਨੂੰ ਮਾਈਨਿੰਗ ਵਿਭਾਗ ਵੱਲੋਂ ਐਸਡੀਓ ਪਵਨ ਸਿੰਘ ਭੇਜੀ ਨੀਸ਼ ਪੱਤਰਾ, ਇਹਨੂੰ ਕੋਈ ਖੁਫੀਆ ਰਿਪੋਰਟ ਮਿਲੀ ਵੀ ਧਨਾਨਸੂ ਮਾਈਨਿੰਗ ਹੋ ਗਈ। ਇਹਨਾਂ ਨੇ ਸਾਡੀ ਪੋਸਟ ਪਾਰਟੀ ਲੈ ਕੇ ਅਸੀਂ ਗਏ ਉੱਥੇ, ਮੁਤਾਬਕ ਰੇਡ ਕੀਤਾ, ਜਿੱਥੋਂ ਇੱਕ ਜੇਸੀਬੀ ਮਸ਼ੀਨ ਇੱਕ ਟਰੈਲੀ ਕਰਦੇ ਮਾਈਨਿੰਗ ਕਰਦੇ ਹੁੰਦੇ ਸਨ। ਜੇਸੀਬੀ ਦਾ ਜਿਹੜਾ ਡਰਾਈਵਰ ਸੀ ਉਹਨੂੰ ਕਾਬੂ ਕੀਤਾ, ਉਹਦੀ ਗ੍ਰਿਫਤਾਰ ਅਤੇ ਸੈਕਟਰ ਦਾ ਜਿਹੜਾ ਡਰਾਈਵਰ ਸੀ ਉਹ ਫੜਿਆ। ਉਸ ਤੋਂ ਬਾਅਦ ਉਹਨਾਂ ਨੇ ਪੁੱਛ ਕੇ ਉਹਨਾਂ ਦੱਸਿਆ ਕਿ ਜਿਹੜੀ ਮਾਈਨਿੰਗ ਆ ਰਜੇਸ਼ ਕੁਮਾਰ ਇਲੀਆ ਸਰੰਗੂ ਵਾਸੀ ਸਾਹਮਣੇ ਆ ਦੇ ਨਾਲ ਦੋ ਚਾਰ ਬੰਦੇ ਹੋਏ ਮਿਲ ਕੇ ਇਹਨਾਂ ਨੂੰ ਪੈਸੇ ਦੇ ਕੇ ਕਰਾਉਂਦੇ ਸੀ। ਅਤੇ ਇਹ ਜਿਹੜੀ ਜ਼ਮੀਨ ਆ ਦੁਰਾਨੇ ਤਬਦੀਲ ਕੇ ਪਤਾ ਲੱਗੀ ਹੈ ਕਿ ਹਰਪ੍ਰੀਤ ਸਿੰਘ ਹੈਪੀ ਪਿੰਡ ਧਨਾਨਸੂ ਦੀ ਹੈ। ਇਹ ਮਨਜ਼ੂਰੀ ਲੈਣ ਦੀ ਆੜ, ਮਿੱਟੀ ਪੱਧਰ ਕਰਨ ਦੀ ਮਨਜ਼ੂਰੀ ਆੜ ਦੇ ਵਿੱਚ ਇਹ ਮੈਨੂੰ ਕਰੇ ਸੀ ਸਰਕਾਰ ਨੂੰ ਸੁਣਨ ਦਾ। ਇਹਨਾਂ ਵਿੱਚ ਦੋ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ, ਬਾਕੀ ਬੰਦਿਆਂ ਦੀ ਭਾਲ ਜਾਰੀ ਹੈ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।